ਬਾਦਲ ਪਰਿਵਾਰ ਦੇ ਖਿਲਾਫ ਮੋਰਚਾ ਖੋਲ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਅਕਾਲੀ ਦਲ ਟਕਸਾਲੀ ਲਈ ਬੁਰੀ ਖਬਰ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਪੁੱਤਰ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਨੇ। ਅੱਜ ਰਾਜਾਸਾਂਸੀ ਵਿੱਚ ਅਕਾਲੀ ਦਲ ਦੀ ਰੋਸ ਰੈਲੀ ਦਾ ਸੂਬਾ ਸਰਕਾਰ ਦੇ ਖਿਲਾਫ ਆਗਾਜ਼ ਹੈ, ਜਿਸ 'ਚ ਸੁਖਬੀਰ ਬਾਦਲ ਸਣੇ ਪਾਰਟੀ ਦੇ ਤਮਾਮ ਨੇਤਾ ਮੌਜੂਦ ਰਹਿਣਗੇ। ਇਸ ਰੈਲੀ ਵਿੱਚ ਸਭ ਤੋਂ ਵੱਡਾ ਝਟਕਾ ਟਕਸਾਲੀਆਂ ਨੂੰ ਬਾਦਲ ਨੇ ਦਿੱਤਾ, ਕਿਉਂਕਿ ਉਹਨਾਂ ਨੇ ਅਜਨਾਲਾ ਤੋਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਤੇ ਰਤਨ ਅਜਨਾਲਾ ਦੀ ਅਕਾਲੀ ਦਲ ਵਿੱਚ ਵਾਪਸੀ ਕਰਵਾ ਲਈ ਹੈ। ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਸੁਖਬੀਰ ਬਾਦਲ ਬੋਨੀ ਅਜਨਾਲਾ ਦੇ ਨਾਲ ਰੈਲੀ 'ਚ ਪਹੁੰਚੇ ਨੇ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਬੋਨੀ ਅਜਨਾਲਾ ਅਤੇ ਰਤਨ ਅਜਨਾਲਾ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਰੈਲੀ 'ਚ ਬੋਨੀ ਅਜਨਾਲਾ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਨੇ। ਸਟੇਜ ਤੇ ਬਿਕਰਮ ਮਜੀਠੀਆ, ਸੁਖਬੀਰ ਸਿੰਘ ਬਾਦਲ ਸਣੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਹਨ। ਮੌਕੇ ਬੋਨੀ ਅਜਨਾਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਉਹਨਾਂ ਦੀ ਮਾਂ ਪਾਰਟੀ ਹੈ ਤੇ ਉਹ ਆਪਣੇ ਘਰ ਵਿੱਚ ਵਾਪਸ ਆਏ ਨੇ। ਹਰ ਘਰ ਵਿੱਚ ਭਾਂਡੇ ਖੜਕਦੇ ਰਹਿੰਦੇ ਨੇ ਤੇ ਉਹਨਾਂ ਨੇ ਕਿਹਾ ਕਿ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ। ਤੇ ਇੱਕ ਵਾਰੀ ਤੁਹਾਨੂੰ ਫਿਰ ਦੱਸ ਦਿੰਨੇ ਆ ਕਿ ਅਜਨਾਲਾ ਤੋਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਅਤੇ ਰਤਨ ਸਿੰਘ ਅਜਨਾਲਾ ਦੀ ਅਕਾਲੀ ਦਲ ਵਿੱਚ ਵਾਪਸੀ ਹੋ ਗਈ ਹੈ। ਮੈਂ ਸਮੁੱਚੀ ਸਾਧ ਸੰਗਤ ਦਾ ਬਹੁਤ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਅੰਮ੍ਰਿਤਸਰ ਦੀ ਜਿਹੜੀ ਵਿਸ਼ਾਲ ਰੋਸ ਰੈਲੀ ਆ ਤੁਸੀਂ ਦੇਖ ਰਹੇ ਜੇ ਸੰਗਤ ਬੱਸਾਂ ਦੇ ਵਿੱਚ ਜਿਹੜੀ ਆ 60-70% ਅਜੇ ਮੇਰੇ ਹਿਸਾਬ ਨਾਲ ਸੰਗਤ ਰਾਹ ਦੇ ਵਿੱਚ ਖਲੋਤੀ ਮੈਸੇਜ ਆ ਰਹੇ ਨੇ। ਇਹ ਲੋਕਾਂ ਦਾ ਬੜਾ ਵੱਡਾ ਫਤਵਾ ਵਾ ਕਾਂਗਰਸ ਖਿਲਾਫ਼, ਕਿਉਂਕਿ ਕਾਂਗਰਸ ਨੇ ਗਲਤ ਨੀਤੀਆਂ ਕਰਕੇ, ਗਲਤ ਸੋਚ ਕਰਕੇ, ਝੂਠ ਮਾਰ ਕੇ ਜਿੱਥੇ ਪੰਜਾਬ ਦੀ ਜਨਤਾ ਨੂੰ ਠੱਗਿਆ, ਚਾਹੇ ਉਹ ਸਗਨ ਸਕੀਮਾਂ, ਸਮਾਰਟਫੋਨ, ਬੇਟੀਆਂ ਦੀ ਜਿਹੜੀ ਪੈਨਸ਼ਨ ਦੀ ਗੱਲ ਕਰ ਰਹੇ ਸੀ, ਵਿਆਹ ਦੀਆਂ ਸਕੀਮਾਂ ਦੀ ਗੱਲ ਕਰੇ, ਬੁਢਾਪਾ ਪੈਨਸ਼ਨ, ਨੌਕਰੀਆਂ ਘਰ ਘਰ, ਇੱਕ ਵੀ ਇਸ ਤਰ੍ਹਾਂ ਦਾ ਵਾਅਦਾ ਪੂਰਾ ਨਹੀਂ ਕੀਤਾ। ਪੂਰਾ ਤਾਂ ਕੀ ਕਰਨਾ, ਜਿਹੜੀਆਂ ਸਹੂਲਤਾਂ ਅੱਗੇ ਆਲਰੇਡੀ ਮਿਲਦੀਆਂ ਸੀ ਉਹ ਵੀ ਖਤਮ ਹੋਈਆਂ। ਸੋ ਅੱਜ ਦਾ ਜਿਹੜਾ ਰੋਸ ਰੈਲੀ ਦਾ ਐਡਾ ਵਿਸ਼ਾਲ ਜਿਹੜਾ ਇਕੱਠ ਹੈ, ਇਹ ਇਸ ਗੱਲ ਦਾ ਸਬੂਤ ਆ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਤੇ ਆਉਣ ਵਾਲੀ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ।